ਇੱਕ ਫੈਕਟਰੀ ਦੇ ਮਾਲਕ ਨੇ ਚੋਰ ਨੂੰ ਫੈਕਟਰੀ ਦੇ ਅੰਦਰ ਰੰਗੇ ਹੱਥੀ ਚੋਰੀ ਕਰਦੇ ਹੋਏ ਕਾਬੂ ਕੀਤਾ। ਜਦੋਂ ਚੋਰ ਨੂੰ ਕਾਬੂ ਕੀਤਾ ਤਾਂ ਚੋਰ ਦਾ ਕਹਿਣਾ ਸੀ ਕਿ ਉਹ ਮੌਕੇ ਦੇ ਉੱਤੇ ਕਬੂਤਰ ਫੜਨ ਦੇ ਲਈ ਆਇਆ। ਹਾਲਾਂਕਿ ਜਦੋਂ ਚੋਰ ਨੂੰ ਕਾਬੂ ਕੀਤਾ ਤਾਂ ਉਹ ਨਸ਼ੇ ਦੀ ਹਾਲਤ ਦੇ ਵਿੱਚ ਲੱਗ ਰਿਹਾ ਸੀ। ਫੈਕਟਰੀ ਮਾਲਕ ਦਾ ਕਹਿਣਾ ਹੈ ਕਿ ਆਏ ਦਿਨ ਉਹਨਾਂ ਦੀ ਫੈਕਟਰੀ ਦੇ ਵਿੱਚ ਚੋਰੀਆਂ ਹੋ ਰਹੀਆਂ ਨੇ। ਕਦੇ ਉਹਨਾਂ ਦੇ ਦਰਵਾਜ਼ੇ ਪੱਟ ਲਏ ਜਾਂਦੇ ਨੇ ਅਤੇ ਕਦੇ ਕਿਸੇ ਹੋਰ ਸਮਾਨ ਦੀ ਚੋਰੀ ਕਰ ਲਈ ਜਾਂਦੀ ਹੈ। ਹੁਣ ਤੱਕ ਥਾਣਿਆਂ ਦੇ ਵਿੱਚ ਵੀ ਕਈ ਵਾਰ ਸ਼ਿਕਾਇਤਾਂ ਦਿੱਤੀਆਂ ਗਈਆਂ, ਪਰੰਤੂ ਹਾਲੇ ਤੱਕ ਕੋਈ ਵੀ ਕਾਰਵਾਈ ਅਮਲ ਦੇ ਵਿੱਚ ਪੁਲਿਸ ਨਹੀਂ ਲੈ ਕੇ ਆਈ। ਜਿਸ ਤੋਂ ਬਾਅਦ ਅੱਜ ਇੱਕ ਵਾਰ ਫਿਰ ਤੋਂ ਇੱਕ ਚੋਰ ਨੂੰ ਰੰਗੇ ਹੱਥੀ ਲੋਹੇ ਦਾ ਦਰਵਾਜ਼ਾ ਪੱਟਦੇ ਹੋਏ ਕਾਬੂ ਕੀਤਾ ਗਿਆ। ਹਾਲਾਂਕਿ ਜਦੋਂ ਚੋਰ ਨੂੰ ਫੜਿਆ ਗਿਆ ਤਾਂ ਉਸਦਾ ਕਹਿਣਾ ਕਿ ਉਸਨੂੰ ਇੱਥੇ ਬੱਸ ਉਤਾਰ ਕੇ ਗਈ ਸੀ ਅਤੇ ਜਦੋਂ ਉਸਨੇ ਇੱਕ ਖੁੱਡਾ ਦੇਖਿਆ ਤਾਂ ਉੱਥੇ ਉਸਨੂੰ ਲੱਗਿਆ ਕਿ ਕਬੂਤਰ ਨੇ, ਜਿਸ ਤੋਂ ਬਾਅਦ ਉਹ ਕਬੂਤਰ ਦੇਖਣ ਦੇ ਲਈ ਮੌਕੇ ਦੇ ਉੱਤੇ ਪਹੁੰਚਿਆ ਅਤੇ ਫੈਕਟਰੀ ਮਾਲਕ ਨੇ ਉਸਨੂੰ ਫੜ ਲਿਆ। ਹਾਲਾਂਕਿ ਉਸਦਾ ਕਹਿਣਾ ਫੈਕਟਰੀ ਮਾਲਕ ਦਾ ਕਿ ਜਦੋਂ ਉਸਨੂੰ ਫੜਿਆ ਗਿਆ ਚੋਰ ਨੂੰ ਤਾਂ ਉਹ ਲੋਹੇ ਦਾ ਦਰਵਾਜ਼ਾ ਪੱਟ ਰਿਹਾ ਸੀ, ਕਿ ਜੇਕਰ ਉਸਨੇ ਕਬੂਤਰ ਦੇਖਣੇ ਵੀ ਸੀ ਤਾਂ ਕੀ ਉਹ ਸਿੱਧਾ ਨਹੀਂ ਸੀ ਦੇਖ ਸਕਦਾ। ਹਾਲਾਂਕਿ ਪਹਿਲੀ ਗੱਲ ਤਾਂ ਇਹ ਹੈ ਕਿ ਫੈਕਟਰੀ ਮਾਲਕ ਨੇ ਦੱਸਿਆ ਕਿ ਉਹਨਾਂ ਦੀ ਫੈਕਟਰੀ 'ਚ ਕੋਈ ਵੀ ਕਬੂਤਰ ਨਹੀਂ ਹੈ, ਉਹ ਇੱਕ ਛੋਟਾ ਜਿਹਾ ਕਮਰਾ ਸੀ। ਪਰ ਇੱਥੇ ਜੋ ਇਹ ਸ਼ਖਸ ਆਇਆ ਇਹ ਚੋਰੀ ਦੀ ਨੀਅਤ ਦੇ ਨਾਲ ਆਇਆ, ਕਿਉਂਕਿ ਹੁਣ ਤੱਕ ਉਹਨਾਂ ਦੀ ਫੈਕਟਰੀ ਦੇ ਵਿੱਚੋਂ ਕਰੀਬ 15 ਲੱਖ ਰੁਪਏ ਦਾ ਸਮਾਨ ਚੋਰੀ ਹੋ ਚੁੱਕਾ। ਪੁਲਿਸ ਨੂੰ ਵੀ ਕਈ ਵਾਰ ਸ਼ਿਕਾਇਤਾਂ ਦਿੱਤੀਆਂ ਗਈਆਂ, ਪਰੰਤੂ ਕੋਈ ਵੀ ਕਾਰਵਾਈ ਅਮਲ ਦੇ ਵਿੱਚ ਨਹੀਂ ਲਿਆਂਦੀ ਗਈ। ਇੱਕ ਵਾਰ ਫਿਰ ਤੋਂ ਅੱਜ ਬਣਦੀ ਵੀਡੀਓ ਦੇ ਵਿੱਚ ਜੋ ਫੈਕਟਰੀ ਮਾਲਕ ਆ ਉਸਨੇ ਥਾਣੇ ਦੇ ਵਿੱਚ ਫੋਨ ਲਗਾਇਆ ਅਤੇ ਪੁਲਿਸ ਨੂੰ ਇਸ ਘਟਨਾ ਦੇ ਸੰਬੰਧੀ ਸੂਚਿਤ ਕੀਤਾ, ਜਿਸ ਤੋਂ ਬਾਅਦ ਮੌਕੇ ਦੇ ਉੱਤੇ ਪਹੁੰਚੇ ਪੁਲਿਸ ਮੁਲਾਜ਼ਮਾਂ ਨੇ ਉਸ ਚੋਰ ਨੂੰ ਹਿਰਾਸਤ ਦੇ ਵਿੱਚ ਲੈ ਲਿਆ। ਹਾਲਾਂਕਿ ਫੈਕਟਰੀ ਮਾਲਕ ਨੇ ਪਹਿਲਾਂ ਉਸਨੂੰ ਬਾਂਸ ਦੇ ਡੰਡੇ ਨਾਲ ਵੀ ਬੰਨ ਦਿੱਤਾ ਸੀ। ਤਾਂ ਖਬਰ ਭਵਾਨੀਗੜ੍ਹ ਤੋਂ ਸਾਹਮਣੇ ਆਈ ਹੈ। ਵੀਰਜੀ, ਸਾਡੀ ਇਹ ਫੈਕਟਰੀ ਆ, ਆਪਣੀ ਫੈਕਟਰੀ ਲੱਗੀ ਹੋਈ 1994 ਦੀ, 3 ਸਾਲ ਹੋ ਗਏ ਸਾਨੂੰ ਇੱਥੇ ਦੁਖਿਆ। ਘੱਟੋ ਘੱਟ ਸਾਡੀਆਂ ਜੇ ਥਾਣੇ 'ਚ ਜਾ ਕੇ ਵੀ ਦੇਖੋਗੇ ਘੱਟੋ ਘੱਟ 4-5 ਸਾਡੀਆਂ ਕੰਪਲੇਂਟਾਂ ਨੇ। ਨਾ ਕਰਦੇ ਇੱਥੇ 10 ਤੋਂ 15 ਲੱਖ ਤੋਂ ਵੱਧ ਦਾ ਮਾਲ ਸਾਡਾ ਚੋਰੀ ਹੋ ਚੁੱਕਿਆ। ਉੱਪਰ ਜਾ ਕੇ ਤੁਸੀਂ ਹੁਣ ਜਾ ਕੇ ਦੇਖ ਲਓ, ਸਾਡੇ ਲੋਹੇ ਦੇ ਗੇੜ ਤੱਕ ਵੀ ਪੱਟ ਕੇ ਲੈ ਗਏ। ਫੈਕਟਰੀ ਵਾਲੇ ਦੁਆਲੇ ਦੇਖ ਲਓ, ਇਹਨਾਂ ਦੇ ਚੋਰਾਂ ਦੇ ਚੱਕਰ ਸਾਡੀ ਫੈਕਟਰੀ ਵੀ ਬੰਦ ਹੋ ਗਈ। ਇੰਨਾ ਸਮਾਨ ਸਾਡਾ ਚੋਰੀ ਹੋ ਗਿਆ, ਅੱਜ ਸਾਨੂੰ ਇਹਨੂੰ ਤੋੜਦੇ ਫੜਿਆ। ਕੁਦਰਤੀ ਭਾਈ ਦਾ ਇਲਾਜ ਚੱਲ ਰਿਹਾ, ਹੋਸਪਿਟਲ 'ਚ ਗਏ ਹੋਏ ਸੀ, ਵਾਪਸ ਆਇਆ ਆ ਟਾਈਮ ਜਦੋਂ ਆਵਾਜ਼ਾਂ ਸੁਣੀਆਂ, ਉੱਪਰ ਚੜਿਆ, ਵਿੰਡੋ ਤੋੜਦੇ ਸੀ, ਉਹਦੀ ਗੇਟ ਤੋੜਦੇ ਸੀ ਲੋਹੇ ਦੇ, ਉੱਥੋਂ ਫੜਿਆ। ਸਾਡੇ ਉਹ ਸਾਟਰ ਵੀ ਦੇਖ ਲਓ, ਪੱਟੇ ਪਿਓ ਤੋਂ ਮਸ਼ੀਨਾਂ ਚੱਕ ਕੇ ਲੈ ਗਏ। ਥਾਣੇ 'ਚ ਕੰਪਲੇਂਟਾਂ ਘੱਟੋ ਘੱਟ ਸਾਡੀਆਂ ਕਿੰਨੀਆਂ ਹੋ ਗਈਆਂ, ਆਉਂਦੇ ਨੇ ਗੇੜਾ ਮਾਰ ਕੇ ਥਾਣੇ ਵਾਲੇ ਵੱਜਦੇ, ਕੋਈ ਸਾਡੇ ਕੋਈ ਇੱਕ ਵਾਰ ਵੀ ਨਹੀਂ ਕੋਈ ਨਾ ਕੋਈ ਪੈਸਾ ਵਾਪਸੀ ਇਹਨਾਂ ਕੁਛ ਆਇਆ। ਅੱਜ ਪਹਿਲੀ ਵਾਰ 7 ਤੋਂ ਬੰਦਾ ਫੜਿਆ ਗਿਆ। ਜਿੱਥੇ ਚੜੇ ਉੱਥੇ ਕੋਈ ਪੌੜੀ ਜਾਣ ਦਾ ਰਸਤਾ? ਪੱਕੀ ਪੌੜੀ ਬਣੀ ਹੋਈ ਆ ਵੀਰ ਜੀ, ਜਾਣ ਦੀ ਪੱਕੀ ਪੌੜੀ, ਉੱਪਰ ਜਾਣ ਦੀ ਸਿਮਿੰਟ ਦੀ ਪੌੜੀ ਬਣੀ ਹੋਈ ਆ। ਲੋਹੇ ਦੇ ਦਰਵਾਜ਼ੇ ਲੱਗੇ ਹੋਏ ਨੇ, ਗੇੜ ਦੇ ਕਮਰੇ ਬਣੇ ਹੋਏ ਨੇ, ਲੇਬਰ ਕੁਆਟਰ 4 ਕਮਰੇ ਉਹਨਾਂ ਨੂੰ, ਹਰੇਕ ਨੂੰ ਗੇੜ ਲੱਗੇ ਹੋਏ ਨੇ ਲੋਹੇ ਦੇ। ਉਹ ਲੋਹੇ ਦੇ ਗੇੜ ਪਹਿਲਾਂ ਦੋ ਗੇੜ ਚੋਰੀ ਹੋਏ ਹੋਏ ਸੀ, ਹੁਣ ਉੱਪਰ ਜਾ ਕੇ ਤੁਸੀਂ ਗੇਟ ਚੋਰੀ ਦੇ ਦੇਖ ਸਕਦੇ ਹੋ। ਭਾਜੀ ਵੀਡੀਓ ਦੇਖ ਰਹੇ ਆ, ਬੰਦੇ ਤੋਂ ਤੁਰਿਆ ਵੀ ਨਹੀਂ ਜਾ ਰਿਹਾ ਵੀਰ ਜੀ। ਹੁਣ ਇਹਦੇ ਨਾਲ ਕੰਮ ਹੀ ਹੋਰ ਛੋਟੀ ਭਾਜੀ ਕਹਿ ਰਹੇ ਨੇ, ਮੋਟਰਸਾਈਕਲ ਲੈਣ ਨੂੰ ਜਾਂ ਮੋਟਰਸਾਈਕਲ ਦੀ ਕਿਸ਼ਤ ਭਾਨੂੰ ਲੈਣੇ ਨੇ, ਇਹਨਾਂ ਨੇ ਨਸ਼ੇ ਕਰਨੀਆਂ ਚੋਰੀਆਂ ਕਰਨੀਆਂ ਨੇ। ਨਸ਼ਾ ਇਹਨਾਂ ਨੂੰ ਆਹ ਮਿਲਦਾ, ਜਿਹੜੀ ਮਰਜ਼ੀ ਪਿੰਡ 'ਚ ਜਾ ਕੇ ਨਸ਼ਾ ਲੈ ਲੇ, ਜਿਹੜੇ ਮਰਜ਼ੀ ਜਾ ਕੇ ਇਹ ਜਿੱਥੇ ਮਰਜ਼ੀ ਕਬਾੜੀਆਂ ਦੇ ਮਾਲ ਵੇਚਦੇ, ਕੋਈ ਇਹਨੂੰ ਰੋਕਣ ਵਾਲਾ ਨਹੀਂ ਹੈਗਾ, ਵੇਚਣ ਵਾਲਾ। ਕਿੱਥੋਂ ਦਾ ਇਹ ਪਰਿਵਾਰ ਨਾਲ ਗੱਲ? ਇਹਨਾਂ ਪਰਿਵਾਰ ਮਾਂ ਨਾਲ ਗੱਲ ਹੋਈ ਸੀ, ਮਾਂ ਨੇ ਸਿੱਧਾ ਚੱਲਾ ਕਰਦਾ ਵੀ ਕਰ ਲਓ ਜੀ, ਇਹਦਾ ਸਾਡੇ ਤੋਂ 2 ਦਿਨ ਦਾ ਫਰਾਰ ਆ ਜੀ। ਪਰਿਵਾਰ ਨੂੰ ਕੀ ਪਤਾ ਨਹੀਂ ਵੀ ਕਿੱਥੋਂ ਪੈਸੇ ਖਰਚ ਕਰਦਾ, ਕਿੱਥੋਂ ਨਸ਼ੇ ਕਰਦਾ। ਸਰਿਆਮ ਪਤਾ ਵੀ ਹੈ ਇਸ ਟਾਈਮ ਨਸ਼ੇ 'ਚ, ਉਹਨਾਂ ਨੂੰ ਪਤਾ ਵੀ ਨਸ਼ੇ ਕਿੱਥੋਂ ਲਿਆ ਰਹੇ ਨਹੀਂ। ਜਦੋਂ ਤੁਸੀਂ ਇਸਨੂੰ ਫੜਿਆ ਫੈਕਟਰੀ 'ਚ, ਇਹਨੇ ਕੀ ਕਿਹਾ ਵੀ ਮੈਂ ਕੀ ਕਰਨਾ ਆਇਆ ਸੀ ਇੱਥੇ? ਬੋਲੀ ਨਹੀਂ ਯਾਰ, ਇਹਨਾਂ ਤੋਂ ਕੁਛ ਬੋਲੀ ਨਹੀਂ ਜਾਂਦਾ, ਕਿਤੇ ਕੀ ਬੋਲਦਾ ਕਿਤੇ ਕੀ ਬੋਲਦਾ ਜੀ। ਮੈਂ ਕਦੇ ਊਂ ਆਇਆ ਸੀ, ਕਦੇ ਪਾਣੀ ਪੀਣ ਆਇਆ ਸੀ, ਕਦੇ ਕਬੂਤਰ ਦਾ ਨਾਮ ਲਾ ਦਿੰਦਾ। ਇੱਥੇ ਸਲਾ ਕਬੂਤਰ ਖਾਨਾ ਖੋਲਿਆ ਹੋਇਆ। ਇਹ ਗੱਲ ਦਾ ਜੀ, ਠੀਕ ਹੈ ਜੀ। ਉੱਥੋਂ ਬੱਸ ਆਈ ਜੀ, ਠੀਕ ਹੈ ਨਾ ਜੀ, ਉੱਥੇ ਲਾਇਆ। ਆ ਕਿਹੜਾ ਬੱਸ ਅੱਡਾ ਵੀ ਇੱਥੇ ਬੱਸ ਲਾ ਕੇ ਜਾਊਗੀ? ਨਹੀਂ ਨਹੀਂ, ਉਹਨਾਂ ਨੇ ਕਿਹਾ ਅਸੀਂ ਬਹਿ ਕੇ ਜਾਣਾ ਬੱਸ। ਬੱਸ ਕਿਹੜੀ ਬਹਿ ਕੇ ਜਾਊਗੀ, ਸਿੱਧਾ ਨਾਭੇ ਜਾਊਗੀ ਜਾਂ ਪੌਣੀਗੜ੍ਹ ਜਾਊਗੀ? ਬੱਸ ਇੱਥੋਂ ਬਹਿ ਕਿਹੜੀ ਜਾਂਦੀ ਹੈ? ਬੱਸ ਚੇਂਜ ਕਰਨੀ ਸੀ ਉਹਨਾਂ ਨੇ ਬੱਸ ਪੰਪ ਤੋਂ, ਠੀਕ ਹੈ।
ਇੱਥੇ ਬੱਸ ਲਾ ਗਈ, ਠੀਕ ਹੈ। ਪੰਪ ਇੱਥੋਂ ਕਿਲੋ ਅੱਧਾ ਕਿਲੋਮੀਟਰ ਪਿੱਛੇ ਆ, ਮੈਂ ਉੱਥੇ ਬੈਠਾ ਸੀ ਜੀ, ਉੱਥੇ ਬੈਠਾ ਸੀ, ਮੈਂ ਉੱਥੋਂ ਬਾਥਰੂਮ ਕਰਨ ਲੱਗਿਆ, ਮੈਨੂੰ ਖੁੱਡਾ ਦੇਖਿਆ, ਮੇਰੇ ਲਈ ਕਬੂਤਰ ਪਹਿਲਾਂ ਰੱਖੇ ਹੁੰਦੇ ਸੀ, ਠੀਕ ਹੈ ਜੀ। ਅੱਛਾ, ਮੈਂ ਖੁੱਡਾ ਦੇਖਿਆ, ਮੈਨੂੰ ਆਇਆ ਸੀ ਮੈਂ ਕਬੂਤਰ ਹੋਣਗੇ। ਤੁਹਾਡੇ ਫੈਕਟਰੀ 'ਚ ਕਬੂਤਰ ਵੀ ਨੇ? ਇੱਕ ਕਬੂਤਰ ਨਹੀਂ ਹੈਗਾ ਜੀ, ਤੁਸੀਂ ਖੁਦ ਵੀ ਵਿਜ਼ਿਟ ਕਰੋ ਜੀ, ਜਾ ਕੇ ਦੇਖੋ, ਕਬੂਤਰ ਗੇਟ ਤੋੜ ਕੇ ਕਬੂਤਰ ਕੱਢੂਗਾ ਜੀ। ਸਵੇਰੇ ਘਰੇ ਸੀਗੇ, ਘਰ ਤੋਂ ਆਇਓ? ਨਹੀਂ, ਮੈਂ ਨਾਨਕੇ ਸੀਗਾ। ਉਹਦੇ ਨਾਨਕੇ ਕਿੱਥੇ ਨੇ? ਅੱਛਾ, ਤੇ ਭਾਜੀ ਤੁਸੀਂ ਪੁਲਿਸ ਨੂੰ ਇਤਲਾਹ ਕਰ ਦਿੱਤੀ ਇਸ ਦੇ ਬਾਰੇ? ਮੈਂ ਹੁਣ ਪੁਲਿਸ ਨੂੰ ਵੀ ਫੋਨ ਕਰਨ ਲੱਗਿਆ ਜੀ। ਠੀਕ ਹੈ, ਮੈਂ ਸੱਚ ਨੂੰ ਬੁਲਾਣਾ ਨੂੰ ਇੱਥੋਂ ਫੜ ਕੇ ਲੈ ਕੇ ਜਾਣਗੇ। ਠੀਕ ਹੈ, ਮੈਂ ਕੋਦਾਂ ਨੂੰ ਦਿਖਾਊਂਗਾ, ਤੋੜਿਆ ਹੋਇਆ ਸਮਾਨ ਦਿਖਾ ਦੇਣਾ ਉਹਨਾਂ ਨੂੰ, ਜੋ ਇਹ ਤੋੜ ਰਿਹਾ ਸੀ ਉਹ ਦੇਖ ਲਓ। ਤੁਹਾਡੇ ਸਾਹਮਣੇ ਉਹ ਸਾਟਰ ਦੇਖ ਲਓ ਕਿਵੇਂ ਪੱਟ ਰੱਖਿਆ, ਉਹਦੇ ਵਿੱਚ ਮਸ਼ੀਨਾਂ ਸੀ, ਉਹਦੀ ਕੰਪਲੇਂਟ ਹੋਈ ਹੋਈ ਆ, ਉਹ ਪੁਲਿਸ 'ਚ ਜਦੋਂ ਮਰਜ਼ੀ ਚੈੱਕ ਕਰ ਸਕਦੇ ਹੋ ਤੁਸੀਂ। ਵੀਰ ਜੀ, ਬੱਸ ਆਈ ਸੀਗੀ, ਉਦੋਂ ਬਾਅਦ ਇੱਥੇ ਆ ਕੇ ਜਾਵੇ ਆ ਕੇ ਬੱਸ ਕਹਿੰਦੇ ਬੱਸ ਚੇਂਜ ਕਰਨੀ ਆ, ਪੰਪ ਤੋਂ ਬੱਸ ਚੇਂਜ ਹੋ ਗਈ ਇੱਥੋਂ, ਠੀਕ ਹੈ। ਮੈਂ ਉੱਥੋਂ ਤੁਰ ਕੇ ਅੱਗੇ ਆ ਗਿਆ, ਅੱਗੇ ਆ ਕੇ ਮੈਂ ਉੱਥੋਂ ਫੈਕਟਰੀ ਤੋਂ ਉੱਥੇ ਬਹਿ ਗਿਆ ਜੀ, ਠੀਕ ਹੈ ਨਾ ਜੀ। ਉੱਥੋਂ ਫਿਰ ਮੈਂ ਘੁੰਮ ਕੇ ਬਾਥਰੂਮ ਕਰਨ ਲੱਗਿਆ ਜੀ, ਮੈਨੂੰ ਖੁੱਡਾ ਦੇਖ ਗਿਆ ਜੀ ਉੱਪਰ, ਠੀਕ ਹੈ। ਮੈਂ ਕਬੂਤਰ ਰੱਖੇ ਹੋਣਗੇ, ਮੈਂ ਬਾਈ ਨੂੰ ਹਾਕ ਮਾਰੀ, ਠੀਕ ਹੈ, ਕੋਈ ਨਿਕਲਿਆ ਨਹੀਂ, ਮੈਂ ਚੱਲ ਅੰਦਰ ਹੋਣਗੇ, ਮੈਂ ਤੁਰ ਕੇ ਵੱਗ ਗਿਆ ਜੀ, ਠੀਕ ਹੈ। ਮੈਂ ਫਿਰ ਹਾਕ ਮਾਰੀ ਜੀ ਕਬੂਤਰਾਂ ਦੀ, ਤਾਂਘ ਦੇ ਵਿੱਚ ਤੁਸੀਂ ਫੈਕਟਰੀ ਦੇ ਵਿੱਚ ਦਾਖਲ ਹੋ ਗਏ? ਮੈਨੂੰ ਆਇਆ ਵੀ ਕਬੂਤਰ, ਮੈਂ ਕਿਹਾ ਦੇਖ ਜਾਵਾਂਗੇ, ਮੈਂ ਤਾਂ ਆ ਗਿਆ, ਮੈਂ ਹਾਕ ਮਾਰੀ, ਫਿਰ ਬਾਈ ਆਇਆ, ਇੱਕ ਬਾਈ ਆਇਆ, ਉਹਨੇ ਬਾਂਹ ਫੜੀ ਮੇਰੀ, ਬਾਂਹ ਫੜ ਕੇ ਮੈਨੂੰ ਕੁੱਟਣ ਲੱਗ ਗਿਆ ਉਹ ਬਾਈ, ਬਸ ਇੰਨੀ ਗੱਲ ਹੋ ਜਾਵੇ। ਪਰਿਵਾਰ ਨੂੰ ਪਤਾ ਤੁਸੀਂ ਇੱਥੇ ਹੋ? ਪਰਿਵਾਰ ਨੂੰ ਇੰਨਾ ਪਤਾ ਵੀ ਨਾਨਕੇ ਗਿਆ ਸੀਗਾ, ਮੇਰੇ ਲੱਤਾਂ ਕੱਲ੍ਹ ਨੂੰ ਮੇਰੇ ਪ੍ਰੇਸ਼ਨ ਇੱਦਾਂ ਉਹ ਹੋਣਾ।